ਹੁਣ ਰਾਤ ਨੂੰ ਘਰੋਂ ਬਾਹਰ ਨਿਕਲਣਾ ਪੈ ਸਕਦਾ ਮਹਿੰਗਾ। ਰਾਤ ਦੇ ਪੌਣੇ 12 ਤੋਂ ਬਾਅਦ ਨਹੀਂ ਨਿਕਲ ਸਕਦੇ ਘਰੋਂ ਬਾਹਰ। ਲੁਧਿਆਣਾ ਦੇ ਪੁਲਿਸ ਕਮਿਸ਼ਨ ਨੇ ਲਾਗੂ ਕੀਤੇ ਨਵੇਂ ਨਿਯਮ। ਜੇ ਨਿਕਲੋਗੇ ਘਰੋਂ ਬਾਹਰ ਤਾਂ ਪੰਜਾਬ ਪੁਲਿਸ ਕਰੇਗੀ ਡੰਡਿਆਂ ਨਾਲ ਸਵਾਗਤ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ ਤੇ ਮੈਂ ਹਾਂ ਦੀਪਕ ਕੁਮਾਰ। ਜੇਕਰ ਤੁਸੀਂ ਵੀ ਰਾਤ ਨੂੰ ਬਾਹਰ ਘੁੰਮਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਰਾਤ ਨੂੰ ਬਾਹਰ ਘੁੰਮਣਾ ਮਹਿੰਗਾ ਪੈ ਸਕਦਾ ਹੈ, ਕਿਉਂਕਿ ਜੇਕਰ ਹੁਣ ਤੁਸੀਂ ਰਾਤ ਨੂੰ ਘਰੋਂ ਬਾਹਰ ਨਿਕਲੋਗੇ ਤਾਂ ਪੰਜਾਬ ਪੁਲਿਸ ਤੁਹਾਡਾ ਡੰਡਿਆਂ ਨਾਲ ਸਵਾਗਤ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਨੋਟੀਫਿਕੇਸ਼ਨ ਸੀਪੀ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ 'ਚ ਤੁਸੀਂ ਰਾਤ ਨੂੰ ਹੁਣ ਪੌਣੇ 12 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲ ਸਕਦੇ। ਤੁਹਾਨੂੰ ਦੱਸ ਦਈਏ ਕਿ ਇਹ ਨਾ ਹੀ ਹੁਣ ਤੁਸੀਂ ਰਾਤ ਨੂੰ ਬਾਹਰ ਸ਼ਰਾਬ ਪੀ ਸਕਦੇ ਹੋ, ਗੱਡੀਆਂ ਕਾਰਾਂ 'ਚ ਬਹਿ ਕੇ ਸ਼ਰਾਬ ਪੀ ਸਕਦੇ ਹੋ, ਅਤੇ ਨਾ ਹੀ ਲੇਟ ਨਾਈਟ ਪਾਰਟੀਆਂ ਕਰ ਸਕਦੇ ਹੋ। ਕਿਉਂਕਿ ਲੁਧਿਆਣਾ ਦੇ ਸੀਪੀ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਪੌਣੇ 12 ਵਜੇ ਤੋਂ ਬਾਅਦ ਕੋਈ ਵੀ ਨੌਜਵਾਨ ਕੋਈ ਵੀ ਘਰੋਂ ਬਾਹਰ ਨਹੀਂ ਨਿਕਲੇਗਾ। ਕਿਉਂਕਿ ਜੋ ਲੋਕ ਦੇਰ ਰਾਤ ਪਾਰਟੀਆਂ ਦੇ ਸ਼ੌਕੀਨ ਨੇ, ਦੇਰ ਰਾਤ ਗੱਡੀਆਂ 'ਚ ਬੈਠ ਕੇ ਸ਼ਰਾਬਾਂ ਪੀਂਦੇ ਨੇ ਜਾਂ ਆਈਸਕ੍ਰੀਮ ਖਾਣ ਦੇ ਸ਼ੌਕੀਨ ਹੁੰਦੇ ਨੇ ਦੇਰ ਰਾਤ ਨੂੰ, ਤਾਂ ਉਹਨਾਂ ਲਈ ਇਹ ਖਬਰ ਜ਼ਰੂਰੀ ਹੈ। ਤਾਂ ਦੱਸ ਕਿ ਰਾਤ ਨੂੰ ਘਰੋਂ ਬਾਹਰ ਨਿਕਲਣਾ ਹੋ ਤੁਹਾਨੂੰ ਮਹਿੰਗਾ ਪੈ ਸਕਦਾ ਹੈ, ਕਿਉਂਕਿ ਪੰਜਾਬ ਪੁਲਿਸ ਰਾਤ ਨੂੰ ਅਗਰ ਜੇ ਤੁਸੀਂ ਪੌਣੇ 12 ਵਜੇ ਤੋਂ ਬਾਅਦ ਘਰੋਂ ਬਾਹਰ ਨਿਕਲੋਗੇ ਤਾਂ ਪੰਜਾਬ ਪੁਲਿਸ ਤੁਹਾਡੀ ਡੰਡਿਆਂ ਨਾਲ ਸਵਾਗਤ ਕਰ ਸਕਦੀ ਹੈ। ਇਹ ਹੁਕਮ ਇਸ ਕਰਕੇ ਜਾਰੀ ਕੀਤੇ ਗਏ ਨੇ ਕਿਉਂਕਿ ਲੁਧਿਆਣਾ ਦੇ ਸੀਪੀ ਵੱਲੋਂ ਕਿਹਾ ਗਿਆ ਹੈ ਕਿ ਲੁਧਿਆਣਾ ਵਿੱਚ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ, ਦੇਰ ਰਾਤ ਲੋਕ ਸ਼ਰਾਬਾਂ ਪੀ ਕੇ ਲੜਾਈਆਂ ਝਗੜੇ ਕਰਦੇ ਨੇ, ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਰਾਤ ਦੇ ਸਮੇਂ, ਜਿਸ ਕਰਕੇ ਲੁਧਿਆਣਾ ਦੇ ਸੀਪੀ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਹੁਣ ਰਾਤ ਨੂੰ ਪੌਣੇ 12 ਵਜੇ ਤੋਂ ਬਾਅਦ ਨਾ ਹੀ ਕੋਈ ਰੈਸਟੋਰੈਂਟ ਖੁੱਲੇਗਾ, ਨਾ ਹੀ ਕੋਈ ਆਈਸਕ੍ਰੀਮ ਪਾਰਲਰ ਖੁੱਲੇਗਾ, ਅਤੇ ਨਾ ਹੀ ਤੁਸੀਂ ਰਾਤ ਨੂੰ ਗੱਡੀਆਂ ਕਾਰਾਂ ਦੇ ਵਿੱਚ ਬਾਹਰ ਘਰੋਂ ਬਾਹਰ ਘੁੰਮ ਸਕਦੇ ਹੋ, ਅਤੇ ਨਾ ਹੀ ਤੁਸੀਂ ਆਪਣੀ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬਾਂ ਪੀ ਸਕਦੇ ਹੋ। ਇਹ ਹੁਕਮ ਲੁਧਿਆਣਾ ਦੇ ਸੀਪੀ ਵੱਲੋਂ ਜਾਰੀ ਕੀਤੇ ਗਏ ਨੇ, ਜਿਨ੍ਹਾਂ ਨੇ ਵੱਧ ਰਹੀਆਂ ਵਾਰਦਾਤਾਂ ਕਰਕੇ ਇਹ ਐਕਸ਼ਨ ਲਿਆ ਹੈ। ਤਾਂ ਦੱਸਦੇ ਕਿ ਅਕਸਰ ਰਾਤ ਨੂੰ ਕਈ ਸਾਰੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਸਨ, ਕਈ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਸਨ ਜਿਸ 'ਚ ਦੱਸਿਆ ਜਾਂਦਾ ਸੀ ਕਿ ਰਾਤ ਨੂੰ ਸ਼ਰਾਬ ਪੀ ਕੇ ਜਾਂ ਫਿਰ ਕਈ ਬੰਦੇ ਨਸ਼ੇ ਕਰਕੇ ਸੜਕਾਂ ਦੇ ਉੱਤੇ ਕਈ ਸਾਰੀਆਂ ਚੋਰੀ ਠੱਗੀ ਦੀਆਂ ਵਾਰਦਾਤਾਂ ਨੂੰ ਜਾਂ ਕੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ, ਜਿਸ ਦੇ ਚੱਲਦੇ ਲੁਧਿਆਣਾ ਦੇ ਸੀਪੀ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ।